ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਹੁਤ ਜ਼ਿਆਦਾ ਹੈਪੀ ਆ ਕਿਉਂਕਿ ਤੁਸੀਂ ਸਾਡੀ ਮਿਹਨਤ ਦਾ ਮੁੱਲ ਪਾ ਦਿੱਤਾ ਆ ਸਾਡੇ 1 ਲੱਖ ਸਬਸਕ੍ਰਾਈਬਰ ਹੋ ਗਏ ਆ ਅੱਜ 1 ਲੱਖ ਸਬਸਕ੍ਰਾਈਬਰ ਹੋ ਗਏ ਆ ਸਾਡੇ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ ਗੋਪੀ ਨੇ ਸਰਪ੍ਰਾਈਜ਼ ਰੱਖਿਆ ਪਤਾ ਨਹੀਂ ਕੀ ਆ ਤੇ ਹੁਣ ਦਿੰਨੇ ਆ ਤੇ ਅਸੀਂ ਚੱਲਿਆ ਹੁਣ ਕੇਕ ਲੈਣ ਹਾਂਜੀ ਤੇ ਛੋਟੀ ਜਿਹੀ ਪਾਰਟੀ ਕਰਾਂਗੇ ਘਰੇ ਪਾਰਟੀ ਕਰਾਂਗੇ ਸਾਰੇ ਜਣੇ ਤੇ ਥੋੜਾ ਹੋਰ ਸਮਾਨ ਲੈਣ ਚੱਲੇ ਆ ਤੇ ਸਾਨੂੰ ਸਾਰਾ ਵਲੌਗ ਦਿਖਾਵਾਂਗੇ ਹਾਂਜੀ ਚਲੀਏ ਲਓ ਜੀ ਕੇਕ ਸਿਲੈਕਟ ਕਰਦਾ ਪਿਆ ਸਹਿਜ ਹਾਂ ਆਹ ਖਾਂ ਕਿੱਦਾਂ ਦਾ ਸਹੀ ਹੈ ਵਧੀਆ ਜਿਹਾ ਵਿਖਾ ਇਹਨੂੰ ਕੱਢ ਕੇ ਫਿਰ ਇਹਨੂੰ ਪਸੰਦ ਆਉਣਾ ਇੱਧਰ ਆ ਯਾਰ ਵੇਖ ਬਸ ਇਹ ਕਿਹੜਾ ਕਰੀਏ ਸਿਲੈਕਟ ਚਾਪੀ ਵੇਖੋ ਕਿਹੜਾ ਸਹੀ ਜੀ ਚੋਕਲੇਟ ਵਾਲਾ ਆ ਲੈ ਲਈਏ ਆ ਕਿਹੜਾ ਫਲੇਵਰ ਹੈ ਯਾਰ ਸਟ੍ਰਾਬੇਰੀ ਪਾਈਨਐਪਲ ਪਾਈਨਐਪਲ ਚੋਕਲੇਟ ਆ ਲੈ ਲਈਏ ਇੱਕ ਫਿਰ ਉਹ ਲੈ ਲਓ ਸਹੀ ਹੈ ਉਹ ਕਰ ਦੋ ਹਾਂ ਖਾਲੀ ਖਾਲੀ ਪਰ ਇਹ ਵਾਲਾ ਕਰ ਦੋ ਇਹ ਵਾਲਾ ਜੀ ਮੱਖਣ ਕੇ ਥੱਲੇ ਮੱਖਣ ਕੇ ਥੱਲੇ ਆਈਸਕ੍ਰੀਮ ਬੀਮ ਕ੍ਰੀਮ ਹੁੰਦਾ ਮੈਂ ਯਮ ਹੈ ਹਮ ਬੀਮ ਕ੍ਰੀਮ ਯਾਰ ਉੱਥੋਂ ਅਸੀਂ ਚੌਂਕ 'ਚੋਂ ਰੰਗ ਕਰਵਾ ਲਾਂਗੇ ਇਹਨੂੰ ਯਾਰ ਰੰਗ ਥੋੜ੍ਹੇ ਹੈ ਨਾ ਯਾਰ ਨਾ ਇੱਦਾਂ ਨਾ ਕਰਿਆ ਉਹੀ ਕਰ ਰੁਕ ਮੈਂ ਉੱਥੇ ਆਉਣਾ ਤੇਰੇ ਕੋਲ ਮੈਂ ਤੇਰੇ ਕੋਲ ਆਉਣਾ ਵਾ ਚੱਲ ਆ ਜਾ ਇੱਧਰ ਹੀ ਆ ਜਾ ਤੇ ਇਹ ਭੱਜ ਜਾਂਦੇ ਇਹ ਬੰਨੇ ਬੜੇ ਆ ਓਏ ਹੋਏ ਆਹ ਤੇ ਵਧੀਆ ਲੱਗਣ ਡਿਆ ਰੰਗ ਉਹ ਪੌੜੀ ਲਾ ਕੇ ਥੱਲੇ ਚੱਲ ਜਾਓ ਰਹਿਣਾ ਇੱਕ ਨਾ ਮੇਰਾ ਵੀਰ ਇਹਨਾਂ ਤੇ ਚਾਰ ਸ਼ੇਰੀ ਫੋਟੋ ਕੱਟ ਕੇ ਲਾ ਤੈਨੂੰ ਪਤਾ ਲੱਗੇ ਕਿਹੜੇ ਵਿੱਚ ਕਿੱਦਾਂ ਉਹ ਲੈ ਲੈਨੇ ਯਾਰ ਵੱਡਾ ਲੈ ਲੈਨੇ ਇਹਨਾਂ ਦਾ ਕੀ ਆ ਬਹੁਤੇ ਨਿੱਕੀ ਨਿੱਕੀ ਜਿਹੀ ਆ ਆਹ ਚੱਲ ਇੱਦਾਂ ਕਰ ਲੈਣਾ ਚਾਹ We'll be right back.
ਸਨੀ ਸ਼ੁਭ ਨਾਮ ਸਨੀ ਸਨੀ ਭਰੀ ਬਹੁਤ ਬਹੁਤ ਥੈਂਕ ਯੂ ਇਹ ਹਰੀ ਹੈਗੀ ਕੇਕ ਐਂਡ ਪੈਸਟਰੀਜ਼ ਬਾਜ਼ਾਰ 'ਚ ਹੀ ਉਹਨਾਂ ਦੇ ਘੰਟਾ ਇੱਕ ਹੋ ਗਿਆ ਸਾਨੂੰ ਹੈ ਨਾ ਘੰਟਾ ਮੈਨੂੰ ਹੁਣੇ ਹੁਣੇ ਯਾਦ ਆਇਆ ਕਿ ਮੈਂ ਪਰਸ ਵੀ ਲੈਣਾ ਸੀ ਅਤੇ ਹੁਣ ਫਿਰ ਵਾਪਸ ਚੱਲੇ ਹਾਂ ਵਿੱਕੀ ਬੈਠਾ ਜੀ ਕਾਰ ਵਿੱਚ ਕੇਕ ਲੈ ਕੇ ਕਿਉਂਕਿ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਅਤੇ ਕੇਕ ਹੋ ਜਾਣਾ ਪਿਘਲ ਜਾਣਾ ਵਾ ਅਤੇ ਇਸ ਕਰਕੇ ਆਪਾਂ ਚੱਲੇ ਹਾਂ ਜੀ ਲਓ ਜੀ ਲੈ ਲਿਆ ਪਰਸ ਦਿਖਾਇਆ ਇਹਨਾਂ ਨੂੰ ਪਰਸ ਕੱਢ ਕੇ ਵਿੱਚ ਇਹ ਬਹੁਤ ਪਸੰਦ ਆਇਆ ਮੈਨੂੰ ਪਰਸ
ਫਿਰ ਤੋਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਫੈਮਿਲੀ ਵੀ ਇਸ ਚੈਨਲ ਦੇ ਨਾਲ ਜੁੜੇ ਜਿਹੜੇ ਅੱਜ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਇਹਨਾਂ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਧੰਨਵਾਦ ਸਾਰਿਆਂ ਦਾ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਕਰੋ ਤੇ ਮੈਂ ਆਹ ਖਾਣਾ ਮੈਂ ਲੱਖ ਖਾਣਾ ਲੱਗੇ ਮੈਂ ਲੱਖ ਖਾਣਾ ਮੈਂ ਲੱਖ ਪੰਜਾਹ ਹਜ਼ਾਰ ਤਾਂ ਨਹੀਂ ਚਾਹੀਦਾ ਕਿਸੇ ਨੂੰ ਇਹ ਕੀ ਹੁੰਦਾ ਇਹ ਕੀ ਹੁੰਦਾ ਬਾਬੀ ਮੂੰਹ ਛੋਟਾ ਨਾ